ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਬਾਈ ਹਰਵੇਲ ਦੇ ਫਾਰਮ 'ਤੇ ਪਹੁੰਚੇ ਹਾਂ ਦੋਸਤੋ। ਪਸ਼ੂ ਜਿਹੜੇ ਆ ਤੁਹਾਨੂੰ ਅੱਜ ਤਕਰੀਬਨ 6-7 ਨਗ ਜਿਹੜੇ ਆਪਾਂ ਦਿਖਾਉਣੇ ਆ। ਮੱਝਾਂ ਹੋਣਗੀਆਂ, ਝੋਟੀਆਂ ਹੋਣਗੀਆਂ, ਜਿਨ੍ਹਾਂ ਦੇ ਵਿੱਚ 3 ਅਤੇ 3 ਕੁ ਵਿਹੜਾਂ ਹੋਣਗੀਆਂ, ਠੀਕ ਆ। ਸਵੇਰ ਸਵਾਏ ਪਸ਼ੂ ਕਿੰਨੇ ਹੋਣਗੇ ਉਹ ਪ੍ਰੋਪਰ ਗੱਲਬਾਤ ਆਪਾਂ ਵੀਰ ਹਰਵੇਲ ਦੇ ਨਾਲ ਕਰਕੇ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ, ਠੀਕ ਆ। ਜਿਹੜਾ ਵੀ ਪਸ਼ੂ ਖਾਸ ਤੌਰ 'ਤੇ ਤੁਹਾਨੂੰ ਪਸੰਦ ਆਉਂਦਾ, ਰੇਟ ਭਾਅ ਪੜਤਾ ਪਸੰਦ ਆਉਂਦਾ, ਤੁਸੀਂ ਵੀਰ ਹਰਵੇਲ ਦੇ ਨਾਲ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ। ਅੱਜ ਦੋਸਤੋ ਵੀਡੀਓ ਜਿਹੜੀ ਆਪਾਂ 7 ਮਾਰਚ ਨੂੰ ਬਣਾ ਰਹੇ ਹਾਂ, ਤਾਂ ਸਮਾਂ ਜਿਹੜਾ ਸ਼ਾਮ ਦੇ 6 ਵਜੇ ਦਾ ਹੈਗਾ ਜੀ। ਈਵਨਿੰਗ ਟਾਈਮ ਆ, ਸ਼ਾਮ ਦੇ 6 ਵਜੇ ਆ, ਅਤੇ ਪ੍ਰੋਪਰ ਵਿਹੜਾਂ ਦੀ ਜਿਹੜੀਆਂ ਸੂਈਆਂ ਖਾਸ ਤੌਰ 'ਤੇ ਚੁਬਾਈ ਕਰ ਲਓ ਘਰ ਆ ਕੇ, 2 ਟਾਈਮ ਦੀ ਜਿਹੜੀਆਂ ਮੱਝਾਂ ਦੋਸਤੋ ਸੂਈਆਂ ਨੇ, ਚੁਬਾਈ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਓ, ਠੀਕ ਆ। ਅੱਜ ਉਹ ਕਰਦੇ ਹਾਂ ਵਧੇਰੇ ਗੱਲਬਾਤ ਵੀਰ ਹਰਵੇਲ ਦੇ ਨਾਲ, ਪੁੱਛਦੇ ਹਾਂ ਕੀ ਡਿਟੇਲ ਹੈਗੀ ਆ ਇਹਨਾਂ ਪਸ਼ੂਆਂ ਦੀ। ਹਾਂਜੀ, ਸਭ ਤੋਂ ਪਹਿਲਾਂ ਵੀਰ ਹਰਵੇਲ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੰਧੂ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਬਾਕੀ ਜਿੰਨੇ ਵੀ ਚੈਨਲ ਮੇਰੇ ਭੈਣ ਭਰਾ ਦੇਖ ਰਹੇ ਦੇਸ਼ ਵਿਦੇਸ਼ ਜਾਂ ਇੱਥੇ, ਉਹਨਾਂ ਨੂੰ ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਹ ਠੀਕ ਠਾਕ ਬਾਈ ਜੀ? ਹਾਂਜੀ 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 ਭਰਾ। ਓਕੇ ਹਰਵੇਲ ਬਾਈ, ਅੱਜ ਕਿੰਨੇ ਪਸ਼ੂ ਪਕਾਊ ਆਪਣੇ ਕੋਲ? ਅੱਜ ਬਾਈ ਆਪਣੇ ਕੋਲ 4 ਪਸ਼ੂ ਨੇ, 2 ਤੋਕੜਾ ਗੱਭਰਾ ਨੇ, 1 ਸੱਜਰ ਆ, 1 ਦਾ ਬੱਚਾ ਮਰਿਆ, ਠੀਕ ਆ। ਤੇ ਗਾਵਾਂ ਨੇ ਆਪਣੇ ਕੋਲ 3 ਕਤਾਰਾ ਸੂਈ ਆ, ਠੀਕ ਆ ਜੀ, ਦੇਸੀ ਜਿਹਨੂੰ ਆਪਾਂ। ਤੇ ਸੂਈਆਂ ਸਵਾਈਆਂ 3 ਜੀ? ਨਹੀਂ, 2 ਜਰਸੀ ਤੇ 1 ਗੱਬਰ। ਅੱਛਾ ਜੀ, ਤੇ 1 ਸੂਈ ਆ ਜਿਹਨੂੰ ਆਪਾਂ ਹਰਿਆਣਵੀ ਕਹਿ ਦਿੰਦੇ ਆ, ਠੀਕ ਆ, ਸਿੰਘਾਂ ਵਾਲੀ ਨਾ। ਹਾਂਜੀ ਹਾਂਜੀ, ਸਿੰਘ ਦੇ ਬਿਲਕੁਲ ਖੀਰ ਪਾਊ ਆ। ਹਾਂ, ਇਹ ਹਰਿਆਣਵੀ ਆ ਜਾਂਦੀ ਆ, ਹਰਿਆਣਵੀ ਆ ਜਾਂਦੀ ਜਿਹਨੂੰ ਆਪਾਂ, ਠੀਕ ਆ ਠੀਕ ਆ, ਦੇਸੀ ਗਾਂ ਕਹਿ ਦਿੰਦੇ ਆਪਾਂ, ਹਾਂਜੀ ਠੀਕ ਆ। ਹਰਵੀਰ ਬਾਈ, ਪਹਿਲੇ ਨੰਬਰ ਤੋਂ ਇੱਥੇ ਸਟਾਰਟ ਕਰ ਲਈਏ, ਇਹ ਕੀ ਹੈ ਮੱਝ ਦੀ ਡਿਟੇਲ ਆ ਜੀ? ਇਹ ਸੰਧੂ ਸਾਹਿਬ ਪਹਿਲੇ ਸੂਏ ਝੋਟੀ ਆ। ਅੱਛਾ ਜੀ, ਤਾਂ ਇਹਨੂੰ ਸੂਈ ਨੂੰ ਕਰੀਬ ਅੱਜ 7-8 ਦਿਨ ਹੋ ਗਏ ਆ ਜੀ, ਤਾਂ ਇਹਦੇ ਥੱਲੇ ਕਰੀਬ 8-9 ਦੇ ਵਿਚਕਾਰ ਜਿਹੜਾ ਦੁੱਧ ਹੈ ਉਹ ਰੈਡੀ ਆ, ਠੀਕ ਆ ਜੀ। ਅਤੇ ਪਿੱਛੇ ਫੀਮੇਲ ਤਾਂ ਕੱਟੀ ਆ, ਠੀਕ ਆ, ਮਗਰ ਕੱਟੀ ਹੈ ਅਤੇ 8-10-9 ਦਿਨ ਦਾ ਸਮਾਂ ਹੋ ਗਿਆ ਜੀ। ਹਾਂਜੀ ਹਾਂਜੀ, ਅਤੇ 9 ਕਿਲੋ ਦੁੱਧ ਰੈਡੀ ਆ ਜੀ, 8 ਤੋਂ ਬਾਹਰ ਦੁੱਧ ਆ ਦੋਸਤੋ। ਮਗਰ ਜਿਹੜਾ ਫੀਮੇਲ ਕੱਟੀ ਆ ਜਿਹੜੀ, ਉਹ ਤੁਸੀਂ ਜ਼ਰੂਰ ਨੋਟ ਕਰ ਲਓ, ਮਗਰ ਕੱਟੀ ਆ, ਠੀਕ ਆ। ਹਾਈਟ ਜਿਹੜੀ ਆ ਮੀਡੀਅਮ ਆ, ਮੀਡੀਅਮ ਹਾਈਟ ਦੇ ਵਿੱਚ ਇਹ ਝੋਟੀ ਆ। ਆ ਕਰੋ ਚੈੱਕ ਜੀ, ਠੀਕ ਆ, ਅਤੇ ਆਹ ਫੇਸ ਕੁਆਲਿਟੀ ਦੇਖੋ ਇੱਕ ਵਾਰੀ ਝੋਟੀ ਦੀ, ਠੀਕ ਆ ਜੀ। ਮੋਹਰਾਂ ਦੇ ਵਿੱਚ ਹੁਣ 8 ਲੀਟਰ ਤੋਂ ਬਾਹਰ ਆ ਨਾ ਵੀਰ? ਕਰੀਬ 8 ਤੁਸੀਂ ਮੰਨ ਕੇ ਲਗਾ ਸਕਦੇ ਹੋ, ਬਾਕੀ 10 ਦਿਨ ਦੀ ਸੂਈ ਆ, 10-11 ਲੀਟਰ ਦੀ ਚੋਈ ਤਾਂ ਕਰਾਉਂਗੇ। ਲਓ ਵੀ ਦੋਸਤੋ ਕਰੋ ਚੈੱਕ, ਠੀਕ ਆ, ਪਹਿਲਾਂ ਝੋਟੀ ਸੂਈ ਆ, ਬਿਲਕੁਲ ਜਿਹੜੀ ਬਲੈਕ ਹੈਗੀ ਆ, ਠੀਕ ਆ। ਤੇ ਹਰਵੇਲ ਵੀਰੇ ਮੁੱਲ ਕਿੰਨਾ ਕਰਤਾ ਹੈ? ਮੁੱਲ ਸੰਧੂ ਸਾਹਿਬ ਦਾ ਜਿਹੜਾ ਲੈਵੇ ਹੋਊਗਾ 65 ਦੇ ਵਿੱਚੋਂ ਮੰਨਤਾਰ ਹੋ ਜੂਗਾ, 65 ਦੇ ਵਿੱਚੋਂ, ਹਾਂਜੀ, ਠੀਕ ਆ। ਬਾਕੀ ਤੁਹਾਨੂੰ ਜੇ ਆਪਾਂ ਮੁੱਲ ਕਰਨ ਭਾਵੇਂ ਤਾਂ 75 ਕਰੀ ਜਾਈਏ, ਹਾਂਜੀ, ਪਰ 65 ਚੋਂ ਵੀ ਆਪਾਂ, ਬਾਕੀ ਚਵਾ ਵੀਰੇ 1 ਨੰਬਰ ਬਹੁਤ ਵਧੀਆ, ਠੀਕ ਆ ਜੀ, ਚਵਾ ਵੱਲੋਂ ਕੋਈ ਸ਼ੱਕ ਨਹੀਂ, ਠੀਕ ਆ, ਭਾਵੇਂ ਕੋਈ ਧਾਰ ਬਣਾ ਮਾਰੇ, ਥਣ ਥਣ ਬਹੁਤ ਸੋਹਣਾ ਪੱਟਿਆ ਨਾ, ਥਣ ਥਣ ਬਹੁਤ ਸੋਹਣਾ ਲੱਗਾ, ਦੇਵਾ ਚਵਾਈ ਬਹੁਤ ਵਧੀਆ, ਠੀਕ ਆ। ਦੋਸਤੋ ਇਹ ਝੋਟੀ ਪਹਿਲੇ ਨੰਬਰ 'ਤੇ ਆ ਅਤੇ ਤਾਜ਼ੀ ਸੂਈ ਆ, ਮਗਰ ਕੱਟੀ ਆ, ਠੀਕ ਆ, ਆਪ ਵੀ ਕੱਟੀ ਆ ਅਤੇ ਮਗਰ ਵੀ ਇਹਦੇ ਕੱਟੀ ਆ, ਅਤੇ ਮੀਡੀਅਮ ਹਾਈਟ ਆ, ਦੂਰੋਂ ਨੇੜੇ ਤੁਸੀਂ ਚੱਲ ਕੇ ਆਉਣਾ ਵੀ, ਹਾਈਟ ਮੈਂ ਤੁਹਾਨੂੰ ਇੱਥੋਂ ਵੀ ਦਿਖਾ ਦਿੰਦਾ, ਮੀਡੀਅਮ ਹਾਈਟ ਦੇ ਵਿੱਚ ਆ ਝੋਟੀ, ਪਿਆਰੀ ਆ, ਰਾਜੀ ਆ, ਗੋਲ ਆ ਪੂਰੀ, ਠੀਕ ਆ, ਐਨ ਪਿੱਠ ਪੁੱਠੇ ਤਾਂ ਵੇਖੋਗੇ ਗੁਲਾਈ ਦੇ ਵਿੱਚ ਆ ਪੂਰੀ ਸ਼ੇਪ, ਅਤੇ ਚਵਾਈ ਸੋਹਣੀ ਕਰਾ ਦੂਗੀ। ਬਾਕੀ ਇੱਕ ਵਾਰੀ ਮੈਂ ਤੁਹਾਨੂੰ
ਆਹ ਬਹਿਣੀ ਵਾਲੇ ਪਾਸੇ ਤੋਂ ਜਿਹੜਾ ਥਣ ਦਿਖਾਵਾਂ, ਆਹ ਕਰੋ ਚੈੱਕ ਜੀ, ਆਹ ਥਣ ਦੀ ਕੁਆਲਿਟੀ ਆ, ਠੀਕ ਹੈ। ਥਣ ਬਹੁਤ ਸੋਹਣਾ ਲੱਗਾ ਸਾਨੂੰ, ਬਿਲਕੁਲ ਮੁੱਠੀ ਵਾਲਾ ਥਣ ਵੀ, ਕੋਈ ਕਹਿਣ ਦੀ ਗੱਲ ਨਹੀਂ। ਆ ਜਾਓ ਅੱਗੇ ਚੱਲਦੇ ਹਾਂ ਹਰਵੇਲ ਵੀਰੇ, ਅਗਲੇ ਨੰਬਰ 'ਤੇ ਆਪਣੇ ਕੋਲ ਇਹ ਵੀ ਮੱਝ ਆ ਗਈ ਹੈ ਸਾਹਿਬ, ਤੀਜੇ ਸੂਬੇ ਦੇ ਵਿੱਚ ਚੱਲ ਰਹੀ ਆ। ਹਾਂਜੀ, ਪਿੱਛੇ ਇਹਦੇ ਕੱਟਾ ਵਾ, ਹਾਂਜੀ, ਕਰੀਬ 4 ਤੋਂ 5 ਲੀਟਰ ਇਹਦੇ ਥੱਲੇ ਦੁੱਧ ਆ, ਅਤੇ 4 ਮਹੀਨੇ ਦੀ ਗੱਬਣ ਹੈ, ਠੀਕ ਹੈ ਜੀ, 4 ਮਹੀਨੇ ਦੀ ਇਹ ਗੱਬਣ ਆ। ਹਾਂਜੀ, 4 ਤੋਂ 5 ਲੀਟਰ ਦੁੱਧ ਆ। ਹਾਂਜੀ, ਤਾਂ ਪਿੱਛੇ ਇਹਦੇ ਆਹ ਮੇਲ ਕਾਫ ਆ ਗਿਆ, ਦੋਨੇ ਟਾਈਮ ਕੱਟੇ 'ਤੇ ਮਿਲਦੀ, ਦੋਨੋਂ ਟਾਈਮ ਜਿਹੜੀ ਦੋਸਤੋ ਕੱਟੇ 'ਤੇ ਮਿਲਦੀ ਆ ਕਰੋ, 4 ਤੋਂ 5 ਲੀਟਰ ਜਿਹੜਾ ਦੁੱਧ ਆ, ਅਤੇ ਗੱਬਣ ਵੀ ਇੰਨੇ 4 ਮਹੀਨੇ ਦੀ ਹੈ। ਬਿਲਕੁਲ ਜੀ, 4 ਮਹੀਨੇ ਦੀ ਚੈੱਕ ਪਾਸ ਆ, ਠੀਕ ਹੈ, ਪਿੱਛੇ ਮੇਲ ਕਾਫ ਆ, ਠੀਕ ਹੈ ਜ਼ਰੂਰ ਜੀ। ਥਣਾਂ ਦੋਨਾਂ ਦੀ ਚਵਾਈ ਓਕੇ ਰਿਪੋਰਟ ਜੀ, ਚਵਾਈ ਬਹੁਤ ਵਧੀਆ। ਗੱਬਣ ਤੋਕੜ ਹੈਗੀ ਹੈ ਦੋਸਤੋ, ਜਿਹੜੇ ਵੀਰ ਨੇ ਖਾਸ ਤੌਰ 'ਤੇ ਖਰੀਦਣੀ ਆ, ਅੱਗੇ 4 ਮਹੀਨੇ ਦੀ ਜਿਹੜੀ ਆ ਗੱਬਣ ਆ ਤਕਰੀਬਨ, ਅਤੇ ਚੈੱਕ ਪਾਸ ਆ, ਤੁਸੀਂ ਬੇਸ਼ੱਕ ਤਸੱਲੀ ਆਪਦੀ ਵੀ ਕਰ ਸਕਦੇ ਹੋ ਘਰ ਵਿਜਿਟ ਕਰਕੇ, ਅਤੇ 4 ਤੋਂ 5 ਕਿਲੋ ਜਿਹੜਾ ਬਿਲਕੁਲ ਮੌਕੇ ਹਾਜ਼ਰ ਦੁੱਧ ਆ, ਜਿੰਨਾ ਵੀ ਤੁਸੀਂ ਚੋ ਲੈਣਾ ਆ ਕੇ, ਠੀਕ ਆ। ਅਤੇ ਮਿਲਦੀ ਦੋਨੋਂ ਟਾਈਮ ਹੀ ਹੈ ਜੀ, ਦੋਨੋਂ ਟਾਈਮ ਮਿਲਦੀ ਆ, ਬਾਕੀ ਚਵਾਈ ਬਹੁਤ ਵਧੀਆ, ਚਲ ਪੋਲੀ ਆ ਧਾਤ ਆ ਬਹੁਤ। ਲਓ ਵੀ ਦੋਸਤੋ, ਥਣ ਥੁਣ ਦਾ ਸਾਈਜ਼ ਵੀ ਚੰਗਾ, ਠੀਕ ਆ, ਤੋਕੜ ਗੱਬਣਾ ਉਹਨਾਂ ਵੀਰਾਂ ਲਈ ਆ ਜਿਹੜੇ ਖਾਸ ਤੌਰ 'ਤੇ ਤੁਸੀਂ ਲੱਭ ਰਹੇ ਹੋ ਜਾਂ ਖਰੀਦਣਾ ਚਾਹੁੰਦੇ ਹੋ, ਠੀਕ ਆ। ਤੋਕੜ ਗੱਬਣ ਮੈਂ ਆ, ਅਤੇ ਸੂਆ ਤੀਜਾ ਹੀ ਅੱਗੇ ਤੀਜੇ ਲਈ ਗੱਬਣਾ, ਤੀਜੇ ਚੱਲ ਰਹੀ, ਚੌਥੇ ਵਾਸਤੇ ਗੱਬਣਾ, ਚੌਥੇ ਲਈ ਗੱਬਣਾ, ਹੁਣ ਤੀਜਾ ਪ੍ਰੈਜੈਂਟ ਟਾਈਮ ਚੱਲਣ ਡਈ ਆ, ਠੀਕ ਆ। ਅਤੇ ਮੁੱਲ ਵੀ ਹਰ ਵੇਲ ਕੀ ਦੇ ਲਿਆ ਕਰਦੇ ਆ ਸੰਧੂ ਸਾਹਿਬ, ਜਿਹੜਾ ਲੈ ਤੇ ਹੋਊਗਾ 46,000, 46,000 ਜੀ, ਠੀਕ ਹੈ ਭਰਾ, 46,500 ਜਿਹੜਾ ਦੋਸਤੋ ਮੁੱਲ ਆ, ਠੀਕ ਆ। ਅਤੇ ਜਿਹੜੇ ਵੀਰ ਲੱਭ ਰਹੇ ਹੋ ਤੁਸੀਂ ਉਹ ਜ਼ਰੂਰ ਖਰੀਦ ਸਕਦੇ ਹੋ, ਜਿਹੜੇ ਵੀਰਾਂ ਤੱਕ ਅੱਗੇ ਜਿਹੜੇ ਲੱਭ ਰਹੇ ਉਹਨਾਂ ਤੱਕ ਵੀ ਅੱਗੇ ਸ਼ੇਅਰ ਵੀਡੀਓ ਕਰ ਦਿਓ ਦੋਸਤੋ, ਸ਼ਾਇਦ ਉਹਨਾਂ ਦੇ ਧਿਆਨ ਦੇ ਵਿੱਚ ਚੀਜ਼ ਆ ਜੇ। ਅਗਲੀ ਜਿਹੜੀ ਮੱਝ ਆ ਦੋਸਤੋ ਝੋਟੀ ਆ, ਉਹ ਵੀ ਕਮਾਲ ਦੀ ਹੈ, ਝੋਟੀ ਕੱਦ ਕਾਠੀ ਦੀ ਬਹੁਤ ਪਿਆਰੀ ਉੱਚੀ ਵੱਡੀ ਕੱਦ ਕਾਠ ਦੇ ਵਿੱਚ ਆ ਜੀ। ਸੂਏ ਵਾਸਤੇ ਗੱਬਣ, ਇਹ ਤੋਕੜ ਗੱਬਣ, ਤੋਕੜ ਗੱਬਣ ਸਾਹਿਬ, ਵੈਸੇ ਜਿੱਦਣ ਆਪਾਂ ਲੈ ਕੇ ਆਏ ਸੀਗੇ 8 ਲੀਟਰ ਦੁੱਧ ਸੀਗਾ, ਹਾਂਜੀ, ਥੋੜਾ ਉਪਰੀ ਦਾ ਕਰਕੇ ਆਪਾਂ 6 ਹੀ ਕਵਾਂਗੇ ਇਹਦੇ, ਹੁਣ ਬਿਨ ਬੱਚੇ ਤੋਂ ਜੀ, ਬਿਨ ਬੱਚੇ ਤੋਂ, ਹਾਂਜੀ, ਝੋਟੀ ਦੇਖ ਰਹੇ ਹੋ, ਝੋਟੀ 'ਚ ਸ਼ਕੀਨੀ ਬਹੁਤ ਆ, ਠੀਕ ਆ, ਅਤੇ ਦੁੱਧ ਵੀ ਥੱਲੇ ਹੈਗਾ ਪ੍ਰੋਪਰ। ਆਹ ਕਰੋ ਚੱਕ ਜੀ ਹਵਾਨਾ, 8 ਕੁ ਲੀਟਰ ਦੱਸਿਆ ਜੀ, 6 ਕਵਾਂਗੇ, 6 ਕਿਲੋ ਜਿਹੜਾ ਵੀਰਾਂ ਦਾ ਵੀ ਦੁੱਧ ਕੋਈ ਵੀਰ ਚੋਲੇ, ਠੀਕ ਆ। ਤੇ ਹਵਾਨਾ ਸੋਹਣਾ ਹੈਗਾ, ਪੱਧਰ ਥਣ ਦੇ ਵਧੀਆ, ਇੱਕ ਵਾਰੀ ਖਿਲਾਰੋ ਮਾੜਾ ਜੀ ਇੱਥੇ, ਠੰਡੇ ਬਹੁਤ, ਠੀਕ ਆ। ਬਾਕੀ ਸ਼ਕੀਨੀ ਪੂਰੀ ਆ ਦੋਸਤੋ, ਵੀ ਆਹ ਵੇਖੋ, ਇੱਕ ਤਾਂ ਹੁੰਦਾ ਚੀਜ਼ ਗੱਲ ਕਹਿ ਦੇਣੀ, ਬਾਕੀ ਇੱਥੇ ਤੁਸੀਂ ਜਿਹੜਾ ਬਿਲਕੁਲ ਪ੍ਰਤੱਖ ਵੇਖ ਸਕਦੇ ਹੋ, ਠੀਕ ਆ, ਬਿੱਲੀ ਮਣਕੀ ਅੱਖ ਆ, ਤੇ ਨੀਲੀ ਦੇ ਵਿੱਚ ਜੇਕਰ ਆਪਾਂ ਕਹੀਏ ਕ੍ਰੋਸ ਅੰਗ ਦੇ ਵਿੱਚ ਨੀਲੀ ਦੇ ਵਿੱਚ ਝੋਟੀ ਆ ਜੀ। ਵੈਸੇ ਸਾਰੇ ਜਿਵੇਂ ਪਾਕਿਸਤਾਨ ਦੇ ਵਿੱਚ ਅੱਖ ਨੀਲੀ ਨੂੰ, ਇਹਨੂੰ ਨੀਲੀ ਕਹਾਂਗੇ, ਰਾਵੀ ਨਹੀਂ ਨਾਲ, ਨਾ ਨਹੀਂ ਨੀਲੀ ਦੀ ਆ ਜੀ, ਨੀਲੀ ਦੀ, ਹਾਂ, ਚੰਗੀ ਸ਼ਕੀਨ ਕੱਦ ਵਜਨ, ਕੱਦ ਘਾਟੀ ਪੂਰਾ ਵੇਖੋ ਜੀ, ਦੂਜੇ ਸੂਬੇ ਲਈ ਗੱਬਣ ਆ। ਖਰ ਵੀਰ ਭਾਈ, ਚੈੱਕ ਪਾਸ ਕਿੰਨੇ ਚਿਰ ਦੀ ਹੈ ਇਹ? ਸੰਧੂ ਸਾਹਿਬ 4 ਮਹੀਨੇ ਤੋਂ 2-4 ਦਿਨ ਘੱਟ ਹੋਣਗੇ ਚੈੱਕ ਪਾਸ, ਚੈੱਕ ਪਾਸ, ਠੀਕ ਆ। ਅਤੇ ਦੁੱਧ ਵੀ ਜਿਹੜਾ ਦੋਸਤੋ 6 ਕਿਲੋ ਤੁਸੀਂ ਚੋ ਲੈਣਾ ਜਿਹੜਾ, ਠੀਕ ਆ, ਦੋਨੋਂ ਟਾਈਮ, ਇੱਕ ਟਾਈਮ ਸੁਬਹਾ ਤੁਸੀਂ ਟੀਕਾ ਲਾ ਸਕਦੇ ਹੋ, ਸ਼ਾਮ ਨੂੰ ਜਿਹੜਾ ਦੋਸਤੋ ਪਹਾੜੇ ਵੰਡੇ ਦੇ, ਸੰਧੂ ਸਾਹਿਬ ਆਪਾਂ ਜਿੱਥੋਂ ਲੈ ਗਏ ਸੀ ਉੱਥੇ ਦੋਨੇ ਟਾਈਮ ਪਹਾੜੇ ਵੰਡੇ ਦੇ ਸੀ, ਅੱਗੇ ਨਵੀਂ ਥਾਂ ਕਰਕੇ, ਫਿਰ ਨਵੀਂ ਥਾਂ ਕਰਕੇ ਹੋ ਸਕਦਾ ਦਿਹਾੜੀ ਡੰਗੇ। ਆਹ ਕਰੋ ਚੈੱਕ ਜੀ,
ਲਓ ਵੀ ਦੋਸਤੋ, ਦੋ ਤੋਕੜ ਗੱਬਣ ਮੱਝਾਂ ਅੱਜ ਵੀਰ ਦੇ ਕੋਲ ਆ। ਇਹ ਤਾਂ ਜਿਹੜੀ ਦਿਖਾਤੀ ਤੁਹਾਨੂੰ ਯਕੀਨੀ ਵੀ ਪੂਰੀ ਆ, ਦੂਜੇ ਸੂਬੇ ਲਈ ਗੱਬਣ ਆ, ਠੀਕ ਆ। ਬਾਕੀ ਨੋਰਮਲੀ ਤੁਸੀਂ ਦੇਖੋਗੇ ਕੱਦ ਕਾਠੀ ਹੋਰ ਵੀ ਘਰ ਦੀਆਂ ਮੱਝਾਂ ਖੜੀਆਂ ਨੇ, ਉਹਨਾਂ ਦੇ ਬਰਾਬਰ ਇਕੁਅਲ ਕੱਦ ਹੈ, ਕੱਦ ਕਾਠੀ ਸੋਹਣਾ ਹੈ, ਝੋਟੀ ਤਾਂ ਪਿਆਰੀ ਹੈ। ਝੋਟੀ ਜਿੰਨੇ ਵੀ ਇੱਕ ਵਾਰੀ ਥਣਾ ਤੋਂ ਮੈਂ ਤੁਹਾਨੂੰ ਜ਼ਰੂਰ ਦਿਖਾਉਣਾ ਚਾਹੂੰਗਾ। ਆਹ ਕਰੋ ਚੈੱਕ ਜੀ, ਬਹੁਤ ਵਧੀਆ। ਠੀਕ ਹੈ ਹਰਵੀਰ ਵੀਰ, ਕਿੰਨਾ ਲੈ ਜਾਂਦੇ ਇਹਦਾ ਕਰਦੇ? ਇਹਦਾ ਸਮਝੋ ਤਾਂ ਆਪਾਂ 57,500 ਦੇ ਵਿੱਚੋਂ ਵੀ ਥੋੜ੍ਹਾ ਬਹੁਤਾ ਮਾਨਤਾ ਛੋੜ ਵਾਂਗੂ, 57,500 ਦੇ ਵਿੱਚੋਂ। ਹਾਂਜੀ ਠੀਕ ਹੈ ਜੀ, ਸਾਨੂੰ ਸਭ 1,00,000 ਦੀ ਝੋਟੀ। ਨਹੀਂ ਕੋਈ ਸ਼ੱਕ ਨਹੀਂ ਜੀ, ਜਦੋਂ ਬਿਲਕੁਲ ਤਿਆਰੀ ਦੇ ਵਿੱਚ ਹੋਈ ਹੈਗੀ ਆ। ਇਸ ਤੋਂ ਬਾਅਦ ਅਗਲੀ ਮੱਝ ਵੀਰੇ ਇਹ ਵੀ ਪਕਾਊ? ਸੂਈ ਨੂੰ ਇਹਨੂੰ 2-2.5 ਮਹੀਨੇ ਦਾ ਸੂਗਾ। ਅੱਛਾ ਜੀ, ਬੱਚਾ ਨਹੀਂ ਹੈਗਾ। ਅੱਛਾ ਜੀ, ਅਤੇ ਦੁੱਧ ਇਹਦੇ ਥੱਲੇ ਕੋਈ 7-8 ਲੀਟਰ ਜਿਹੜਾ ਰਹਿ ਗਿਆ। ਠੀਕ ਹੈ ਜੀ, ਅੱਗੇ ਬਣੀ ਬਣੀ ਨਹੀਂ ਫਿਰ ਨਾ, 2-2.5 ਮਹੀਨੇ ਹੋਏ ਇਹ ਦੋਨੇ ਟਾਈਮ ਟੀਕੇ ਤੇ ਆ। ਠੀਕ ਹੈ, ਅਤੇ ਸੂਆ ਦੂਜਾ ਜੀ, ਤੀਜਾ? ਤੀਜੇ ਚੱਲ ਰਹੀ ਆ, 2.5 ਮਹੀਨੇ ਹੋ ਗਿਆ ਸੂਈ ਨੂੰ ਨਾ। 2.5 ਮੰਥ ਦੀ ਜਿਹੜੀ ਦੋਸਤੋ ਸੂਈ ਆ ਬਿਨ ਬੱਚੇ ਤੋਂ, ਅਤੇ ਟੀਕੇ ਤਾਂ ਜਿਹੜੀ ਆ ਦੋਸਤੋ ਮਿਲਦੀ ਆ। ਠੀਕ ਹੈ, ਵੱਡੇ ਕੱਦ ਕਾਠ ਦੇ ਵਿੱਚ ਆ, ਜੇਕਰ ਕੱਦ ਕਾਠ ਦੀ ਗੱਲ ਕਰੀਏ ਤਾਂ ਪੂਰਾ ਵੱਡਾ ਕੱਦ ਕਾਠ ਡੇਅਰੀ ਲਾਇਕ ਮੱਝ ਜਿਵੇਂ ਆਪਾਂ ਕਹੀਏ। ਹਾਂ ਹਾਂ, ਕਿਸੇ ਡੇਅਰੀ ਵਾਲੇ ਵੀਰ ਨੇ ਖਰੀਦਣੀ ਆ, ਠੀਕ ਆ, ਉਹਨਾਂ ਲਈ ਖਾਸ ਤੌਰ 'ਤੇ ਇਹ ਜਿਹੜੀ ਚੀਜ਼ ਹੈਗੀ ਆ। ਬਾਕੀ ਤੁਸੀਂ ਘਰੇਲੂ ਲੈਣੀ ਆ ਉਹ ਤੁਹਾਡੀ ਕਿਸੇ ਵੀਰ ਦੀ ਇੱਛਾ ਹੈਗੀ, ਜੇਕਰ ਪਰਚੇਜ ਕਰਨੀ ਚਾਹੁੰਦੇ ਹੋ। ਮੈਂ ਖਿਲਾਰ ਕੇ ਵੀਰ ਨੂੰ ਕਹੂੰਗਾ ਵੀ ਖਿਲਾਰ ਕੇ 2 ਮਿੰਟ ਤੱਕ ਕੱਦ ਕਾਠ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਓ। ਠੀਕ ਆ, ਵੱਡੇ ਕੱਦ ਕਾਠ ਦੀ ਬੇਲ ਦੀ ਲੰਬਾਈ ਵੇਖੋ ਵੀ, ਧੰਨਵਾਦ ਗੱਡੀ ਵਾਂਗੂ ਆ। ਆਹ ਵੇਖੋ, ਧੰਨਵਾਦ ਜਿਹੜੀ ਯੂਪੀ ਤੋਂ ਆਉਂਦੀ ਫਿਰੋਜ਼ਪੁਰ ਨੂੰ। ਆਹੋ ਕਿੰਨੇ ਦੀ ਦੇਣਾ? 54,000 ਉਹਦੇ ਚੋਂ ਵੀ ਮਾਨਤਾ ਨੂੰ। 54,000 ਚ? ਹਾਂਜੀ, 55,500 ਦੀ ਦੇ। ਬਹੁਤ ਵੱਡੇ ਕੱਦ ਕਾਠ ਦੇ ਵਿੱਚ ਆ ਵੀਰੋ। ਬਾਕੀ ਤਸੱਲੀ ਜਿਹੜੀ ਮਿਲਕਿੰਗ ਦੀ ਆ, ਦੁੱਧ ਦੀ ਤਸੱਲੀ ਆ, ਉਹ ਤੁਸੀਂ ਬੇਸ਼ੱਕ ਪਿੰਡ ਜੋੜ ਸਿੰਘ ਵਾਲੇ ਵਿਜਿਟ ਕਰਨੀ ਹੈਗੀ ਆ, ਪਹੁੰਚ ਕੇ ਤਸੱਲੀ ਕਰ ਲਿਓ। 2 ਟਾਈਮ ਦੀ 1 ਟਾਈਮ ਦੀ ਚੁਆਈ ਕਰਕੇ ਥਾਣਾ ਦੀ ਚੈੱਕ ਪਾਸ ਆਪਦੀ ਪੂਰੀ ਤਸੱਲੀ ਕਰਨ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਲਿਓ। ਠੀਕ ਆ, ਬਖਾਲਾ ਬਖੂਲਾ ਕਾਫੀ ਸੋਹਣਾ, ਕਮਾਨਾ ਬਹੁਤ ਸੋਹਣਾ ਹੈ ਨਾ। ਕੱਦ ਕਾਠ ਵੇਖੋ ਜੀ, ਬਹੁਤ ਵੱਡੇ ਕੱਦ ਕਾਠ ਦੇ ਵਿੱਚ ਆ, ਤੇ ਮੁੱਲ ਵੀ ਕਿੰਨਾ ਕਿਹਾ ਸੀ? ਮੁੱਲ ਸੰਧੂ ਸਾਹਿਬ ਇਹਦਾ 54,500 ਉਹਦੇ ਚ ਮਾਨਤਾ ਨੂੰ। ਠੀਕ ਹੈ ਜੀ, 54,500 ਜਿਹੜਾ ਦੋਸਤੋ ਡਿਮਾਂਡ ਆ, ਮੁੱਲ ਆ। ਠੀਕ ਆ, ਓਕੇ ਹਰਵੇਲ ਭਾਈ, ਇਹ ਆਪਣੇ ਕੋਲ ਮੱਝਾਂ ਅੱਜ 4 ਸੀਗੀਆਂ, ਜਿਹਨਾਂ 'ਚ ਤੋਕੜ ਗੱਬਣ ਤੇ ਇੱਕ ਤਾਜ਼ੀ ਸੂਈ ਆ। ਬਿਲਕੁਲ ਸੀਗੀ ਆਪਣੇ ਕੋਲ, ਬਾਕੀ ਗਾਵਾਂ ਵੀ ਨੇ, ਆਪਾਂ ਉਹਨਾਂ ਦੀ ਵੀਡੀਓ ਅਲੱਗ ਤੋਂ ਇੱਕ ਬਣਾ ਕੇ। ਹਰਵੇਲ ਭਾਈ, ਸੰਪਰਕ ਨੰਬਰ ਆਪਣੇ ਜ਼ਰੂਰ? ਸੰਪਰਕ ਨੰਬਰ ਹੈਗੇ ਆਪਣੇ 9903-8-8-0-25-99-0-63-82-02-5। ਬਾਕੀ ਭੈਣ ਭਰਾਵਾਂ ਨੂੰ ਰਿਕੁਐਸਟ ਆ, ਬੇਨਤੀ ਆ, ਕਿਸੇ ਨੇ ਪਸ਼ੂ ਖਰੀਦਣਾ ਹੋਵੇ, ਸੇਲ ਕਰਨਾ ਹੋਵੇ, ਕੰਟੈਕਟ ਕਰ ਸਕਦੇ ਆ। ਠੀਕ ਹੈ ਭਰਾ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।